ਸਰ ਭਾਈ ਕਨਈਆ ਜੀ, ਬਲੱਡ ਡੋਨਰ ਕਲੱਬ ਵੱਲੋਂ ਜਿਹੜਾ ਅੱਜ ਅੱਖਾਂ ਦਾ ਇੱਕ ਚੈੱਕਅਪ ਕੈਂਪ ਲਾਇਆ ਗਿਆ, ਕੀ ਕਹਿਣਾ ਚਾਹੁੰਦੇ? ਸਭ ਤੋਂ ਪਹਿਲਾਂ ਤਾਂ ਮੈਂ ਜਿਹੜੇ ਸਾਡੇ ਕਨੇਡਾ ਤੋਂ NRI ਵੀਰ ਆਏ ਨੇ, ਰਣਜੀਤ ਬਾਵਾ ਜੀ, ਗੁਰਮੇਲ ਜੀ, ਪਿੰਡ ਦੀ ਸਮੂਹ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ, ਜਿਨ੍ਹਾਂ ਨੇ ਪਿੰਡ ਦੇ ਗਰੀਬ ਪਰਿਵਾਰਾਂ ਦੇ ਮਾਤਾਵਾਂ ਪਿਤਾਵਾਂ ਦੇ ਲਈ ਆਪਣਾ ਦਰਦ ਮਹਿਸੂਸ ਕੀਤਾ ਅਤੇ ਉਹਨਾਂ ਦੇ ਲਈ ਕੈਂਪ ਲਗਾਇਆ। ਅੰਕਲ ਨੇ ਸਾਨੂੰ ਦੱਸਿਆ ਕਿ ਪਿਛਲੇ 6-7 ਸਾਲਾਂ ਤੋਂ ਲਗਾਤਾਰ ਇੱਥੇ ਕੈਂਪ ਲਗਾ ਰਹੇ ਨੇ। ਇਹ ਪੰਜਾਬ ਬਚੇ ਹੀ ਤਾਂ ਹੋਇਆ ਜੇ NRI ਵੀਰ ਸਹਿਯੋਗ ਕਰ ਰਹੇ ਨੇ, ਅਤੇ ਸਾਨੂੰ ਹੋਰ ਵੀ ਇਹਨਾਂ ਤੋਂ ਸਹਿਯੋਗ ਦੀ ਆਸ ਚਾਹੀਦੀ ਹੈ। ਮੈਂ ਅੱਗੇ ਸੁਨੇਹਾ ਦੇਣਾ ਚਾਹੁੰਦਾ ਕਿ ਕੈਂਪਾਂ ਦੇ ਨਾਲ ਨਾਲ ਖੇਡਾਂ ਅਤੇ ਪੜ੍ਹਾਈ ਦੇ ਵੱਲ ਨੂੰ ਵੀ NRI ਵੀਰ ਸਕੂਲਾਂ ਅਤੇ ਖੇਡ ਸਟੇਡੀਅਮਾਂ ਵੱਲ ਵੀ ਵਿਸ਼ੇਸ਼ ਤੌਰ 'ਤੇ ਧਿਆਨ ਦੇਣ। ਬਹੁਤ ਬਹੁਤ ਧੰਨਵਾਦ। ਥੈਂਕ ਯੂ। ਦਰਸਾਬ, ਜਿਹੜਾ ਮਾਸੀਕੇ ਵਿਖੇ ਭਾਈ ਘਨੱਈਆ ਜੀ ਬਲੱਡ ਡੋਨਰ ਕੈਂਪ ਵੱਲੋਂ ਫਰੀ ਅੱਖਾਂ ਦਾ ਕੈਂਪ ਲਗਾਇਆ ਜਾ ਰਿਹਾ, ਕਿਸ ਤਰ੍ਹਾਂ ਦੇ ਮਰੀਜ਼ ਆ ਰਹੇ ਤੁਹਾਨੂੰ? ਅੱਜ ਹੁਣ ਤੱਕ ਕਿੰਨੀ OPD ਹੋ ਚੁੱਕੀ ਹੈ? ਦੇਖੋ, OPD ਅਸੀਂ ਕੋਈ 150-200 ਮਰੀਜ਼ ਜਿਹੜਾ ਸਕਰੀਨ ਕਰਨਾ ਹੈ। ਇੱਧਰ ਮਰੀਜ਼ ਜਿਹੜੇ ਆ ਰਹੇ ਮੇਰੇ ਲਈ, ਉਹ ਅੱਖਾਂ ਦੀ ਦਿੱਕਤ ਇਹ ਹੈ ਕਿ ਨਿਗਾਹ ਘੱਟ ਹੈ ਜਿਨ੍ਹਾਂ ਦੀ, ਸਫੇਦ ਮੋਤੀਆ ਕਰਕੇ ਆ ਰਹੇ, ਕਾਲਾ ਮੋਤੀਆ, ਉੱਦਾਂ ਦੇ ਮਰੀਜ਼ ਆ ਰਹੇ ਨੇ। ਅਤੇ ਸਫੇਦ ਮੋਤੀਆ ਜਿਨ੍ਹਾਂ ਦਾ ਹੈ ਉਹਨਾਂ ਦਾ ਅੱਜ ਓਪਰੇਟ ਕਰਾਂਗੇ, ਜਿੰਨੇ ਵੀ ਪੇਸ਼ੈਂਟ ਹੁੰਦੇ ਆ ਫਰੀ ਆਫ ਕੋਸਟ ਉਹਨਾਂ ਦਾ ਇਲਾਜ ਕਰਾਂਗੇ। ਜਿਹੜੇ ਕਾਲੇ ਮੋਤੀ ਆ, ਉਹਨੇ ਦਵਾਈਆਂ ਵਗੈਰਾ ਚਲਾਵਾਂਗੇ, ਡਾਇਗਨੋਸ ਵਗੈਰਾ ਕਰਕੇ ਮਸ਼ੀਨਾਂ 'ਤੇ, ਹਸਪਤਾਲ ਲੈ ਕੇ ਉਹਨਾਂ ਦਾ ਡਾਇਗਨੋਸ ਕਰਕੇ ਫਿਰ ਫਰੀ ਦਵਾਈਆਂ ਉਹਨਾਂ ਨੂੰ ਪ੍ਰੋਵਾਈਡ ਕਰਾਵਾਂਗੇ। ਸਰ, ਜਿਹੜੇ ਪੇਸ਼ੈਂਟ ਆ ਰਹੇ ਆ ਤੁਹਾਡੇ ਕੋਲ, ਇਹ ਜਿਹੜਾ ਓਪਰੇਸ਼ਨ ਵਗੈਰਾ, ਇਹ ਵੀ ਤੁਹਾਡੇ ਵੱਲੋਂ ਫਰੀ ਆਫ ਕੋਸਟ ਕੀਤੇ ਜਾ ਰਹੇ? ਫਰੀ ਆਫ ਕੋਸਟ ਕੀਤਾ ਜਾਏਗਾ, ਠੀਕ ਹੈ, ਮਸ਼ੀਨਾਂ ਨਾਲ, ਪੂਰਾ ਮਾਡਰਨ ਇਕਵਿਪਮੈਂਟ ਨਾਲ ਪੂਰਾ ਫਰੀ ਆਫ ਕੋਸਟ ਕੀਤਾ ਜਾਏਗਾ। ਥੈਂਕ ਯੂ ਸਰ। ਸਰ, ਜਿਹੜਾ ਭਾਈ ਘਨੱਈਆ ਜੀ ਬਲੱਡ ਡੋਨਰ ਮਤਲਬ ਕਿ ਜਿਹੜਾ ਹੈਗਾ ਕਲੱਬ ਆ, ਉਹਦੇ ਵੱਲੋਂ ਕੈਂਪ ਲਗਾਇਆ ਜਾ ਰਿਹਾ, ਕੀ ਕਹਿਣਾ ਚਾਹੋਗੇ? ਮੈਂ ਸਮੂਹ ਸੰਸਥਾਵਾਂ ਜਿੰਨੀਆਂ ਵੀ ਇੱਥੇ ਆਈਆਂ ਨੇ, ਇਹਦੇ ਪ੍ਰਬੰਧ ਵਿੱਚ ਜੋ ਹਿੱਸਾ ਲੈ ਰਹੇ ਆ, ਉਹਨਾਂ ਸਾਰਿਆਂ ਦਾ ਅਸੀਂ ਧੰਨਵਾਦੀ ਹਾਂ। ਜੋ ਮਰੀਜ਼ਾਂ ਦੇ ਰੂਪ ਵਿੱਚ ਜਾਂ ਇਸ ਕੈਂਪ ਦੀ ਮਦਦ ਦੇ ਰੂਪ ਵਿੱਚ ਉਹ ਜੋ ਸੰਗਤ ਇੱਥੇ ਪਹੁੰਚੀ ਹੈ, ਸਾਰਿਆਂ ਦਾ ਮੈਂ ਰਹੀ ਹਾਂ ਅਤੇ ਅਸੀਂ ਧੰਨਵਾਦੀ ਹਾਂ। ਖਾਸ ਤੌਰ 'ਤੇ ਡਾਕਟਰ ਬਾਵਾ ਜੀ, ਜਿਨ੍ਹਾਂ ਦੇ ਉਪਰਾਲੇ ਨਾਲ ਅਸੀਂ ਇਹ ਪ੍ਰੋਗਰਾਮ ਸ਼ੁਰੂ ਕੀਤੇ ਅੱਜ ਤੋਂ 5-6 ਸਾਲ ਪਹਿਲਾਂ। ਮੈਂ ਇਹ ਬੇਨਤੀ ਕੀਤੀ ਵੀ ਆਪਾਂ ਕੈਂਪ ਲਵਾਈਏ, ਅਤੇ ਇਹਨਾਂ ਨੇ ਬੇਨਤੀ ਪ੍ਰਵਾਨ ਕੀਤੀ ਅਤੇ ਗਾਹਾਂ ਪਿੰਡ ਵਿੱਚ ਬੇਨਤੀ ਕੀਤੀ, ਅਸੀਂ ਇਹ ਕੈਂਪ ਲਾਉਣੇ ਸ਼ੁਰੂ ਕੀਤੇ। ਸੋ ਮੈਂ ਆਸ ਰੱਖਦਾ ਬਈ ਸੰਗਤ ਦੇ ਸਹਿਯੋਗ ਨਾਲ ਜੋ ਇਹ ਕੈਂਪ ਲਾਏ ਜਾ ਰਹੇ ਹੈ, ਇਹ ਇਸ ਤਰ੍ਹਾਂ ਜਾਰੀ ਜਾਣਗੇ। ਇਹਦੇ ਵਿੱਚ ਜੋ ਵੀ ਡਾਕਟਰ ਸਾਹਿਬਾਨ ਹਿੱਸਾ ਪਾਉਂਦੇ ਆ, ਸੰਤਾਂ ਦੀ ਮਿਹਰ ਨਾਲ ਕੈਂਪ ਲਾਏ ਜਾਂਦੇ ਆ, ਉਹਨਾਂ ਸੰਤਾਂ ਦਾ ਮੈਂ ਅਤੀ ਬਹੁਤ ਦਿਲੋਂ ਧੰਨਵਾਦੀ ਹਾਂ। ਸਾਰੇ ਉਹਨਾਂ ਦੇ ਆਏ ਸਟਾਫ ਦਾ ਧੰਨਵਾਦੀ ਹਾਂ, ਆ ਕੇ ਜਿਹੜੇ ਉੱਥੇ ਕੈਂਪ ਲਾਉਂਦੇ ਆ, ਅਤੇ ਸਮੂਹ ਸਾਰੀ ਸੰਗਤ ਦਾ ਧੰਨਵਾਦੀ ਹਾਂ। ਇਹਨਾਂ ਕਹਿੰਦਾ ਹੋਇਆ ਮੈਂ ਇਹਨਾਂ ਦਾ ਵਾਹਿਗੁਰੂ।